ਜਿਹਨੇ ਮੇਰੇ 'ਤੇ ਚਰਿੱਤਰਹੀਣ ਹੋਣ ਦੇ ਦੋਸ਼ ਲਾਏ ਆ ਕਿ ਇਹਨਾਂ ਨੂੰ ਇਨਫੋਰਮੇਸ਼ਨ ਨਹੀਂ ਸੀ ਕੋਈ ਕੱਚੀਆਂ ਗੱਲਾਂ 'ਤੇ PTC ਚੈਨਲ 'ਤੇ ਉਜਣੀ ਕੇ ਹੋਈ ਆ ਜਿਹੜੀ ਪ੍ਰੈਸ ਕਾਨਫਰੰਸ ਬਹੁਤ ਕਹਿ ਸਕਦੇ ਹਾਂ ਦਾਗ ਧੱਬੇ ਲੱਗ ਗਏ ਆ ਇਹਨੂੰ ਚਰਿੱਤਰਹੀਣ ਬਣਾ ਕੇ ਪੇਸ਼ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ ਲਈ ਵਰਗਾੜੀ 'ਚ ਲੱਗੇ ਇਨਸਾਫ ਮੋਰਚੇ 'ਚ ਸ਼ਾਮਿਲ ਕੁਝ ਸਿੱਖ ਆਗੂਆਂ ਤੇ ਪਿਛਲੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੋਹਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੂੰ ਚਰਿੱਤਰਹੀਣ ਦੱਸਿਆ ਸੀ ਤੇ ਉਹਨਾਂ ਦੀਆਂ ਅਸ਼ਲੀਲ ਫੋਟੋਆਂ ਵੀ ਪੇਸ਼ ਕੀਤੀਆਂ ਗਈਆਂ ਸਨ ਤੇ ਹੁਣ ਇਸ ਮਾਮਲੇ 'ਚ ਬਲਟੋਹਾ ਦੀਆਂ ਮੁਸ਼ਕਲਾਂ ਵਧਣ ਹੀ ਵਾਲੀਆਂ ਨੇ ਪੀੜਤ ਸਿੱਖ ਨੌਜਵਾਨ ਨੇ ਆਪਣੇ ਤੇ ਲੱਗੇ ਇਸ ਦਾਗ ਦੇ ਰੋਸ ਵਜੋਂ ਵਿਰਸਾ ਸਿੰਘ ਬਲਟੋਹਾ ਦਾ ਪੁਤਲਾ ਫੂਕਿਆ ਪੀੜਤ ਅਮਨ ਪੰਜਗਰਾਈ ਨੇ ਦੱਸਿਆ ਕਿ ਉਹਨਾਂ ਨੇ ਬਲਟੋਹਾ ਨੂੰ ਬਰਗਾੜੀ ਮੋਰਚ 'ਚ ਇਸ ਕੀਤੀ ਗਲਤ ਨੂੰ ਲੈ ਕੇ ਮੁਆਫ਼ੀ ਮੰਗਣ ਲਈ 5 ਦਿਨਾਂ ਦਾ ਟਾਈਮ ਦਿੱਤਾ ਸੀ ਪਰ ਉਹਨਾਂ ਵੱਲੋਂ ਮੁਆਫ਼ੀ ਨਹੀਂ ਮੰਗੀ ਗਈ ਜਿਸ ਤੋਂ ਗੁੱਸੇ ਵਿੱਚ ਆਏ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਪੁਤਲਾ ਫੂਕਿਆ ਤੇ ਆਉਣ ਵਾਲੇ ਦਿਨਾਂ 'ਚ ਮਾਣਹਾਨੀ ਦਾ ਕੇਸ ਕਰਨ ਦੇ ਵੀ ਚੇਤਾਵਨੀ ਦਿੱਤੀ ਪਿਛਲੇ ਦਿਨੀਂ ਵਿਰਸਾ ਬਲਟੋਹੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹਦੇ ਵਿੱਚ ਉਹਨੇ ਮੇਰੇ 'ਤੇ ਚਰਿੱਤਰਹੀਣ ਹੋਣ ਦੇ ਦੋਸ਼ ਲਾਏ ਆ ਅਤੇ ਇੱਕ ਗੈਰ ਬੰਦੇ ਨੂੰ ਜਿਹਦੇ ਨਾਲ ਸਾਡਾ ਚਲੋ ਪਿੰਡ ਲੈਵਲ 'ਤੇ ਰਿਲੇਸ਼ਨ ਹੈਗੇ ਆ ਉਹਨੂੰ ਮੇਰਾ ਪਿਤਾ ਦੱਸਿਆ ਉਹਦੀਆਂ ਜਾਣੀ ਕਿ ਇਹਨਾਂ ਨੇ ਕਰੈਕਟਰਲੈਸ ਫੋਟੋ ਜਾਰੀ ਕੀਤੀਆਂ ਸੀਗੀਆਂ ਚਰਿੱਤਰਹੀਣ ਫੋਟੋ ਜਿਹੜੀਆਂ ਸੀਗੀਆਂ ਉਹ ਪ੍ਰੈਸ 'ਚ ਜਾਰੀ ਕੀਤੀਆਂ ਸੀ ਮੈਂ ਇਸ ਕਰਕੇ ਇਹਦਾ ਅੱਜ ਪੁਤਲਾ ਫੂਕਿਆ ਇਹਨਾਂ ਨੂੰ ਪਹਿਲਾਂ ਟਾਈਮ ਦਿੱਤਾ ਸੀ ਬਰਗਾੜੀ ਮੋਰਚੇ 'ਤੇ ਆ ਕੇ ਮਾਫ਼ੀ ਮੰਗਣ ਦਾ 5 ਦਿਨ ਦਾ ਜਿਹੜਾ ਅੱਜ ਖਤਮ ਹੋ ਗਿਆ ਏ ਕੱਲ੍ਹ ਨੂੰ ਇਹ 'ਤੇ ਹੀ ਜਾਣੀ ਕਿ ਮਾਣਹਾਨੀ ਦਾ ਪਰਚਾ ਵੀ ਦਰਜ ਕਰਾਵਾਂਗੇ ਉਹਦੇ 'ਚ ਜਾਣੀ ਕਿ ਇਹਨਾਂ ਨੂੰ ਨਾ ਤਾਂ ਇਹਨਾਂ ਨੇ ਮਾਫ਼ੀ ਮੰਗੀ ਇਹਨਾਂ ਦੇ ਕੰਨ 'ਤੇ ਜੂਣੀ ਸਰਕੀ ਬਾਕੀ ਜਿਹੜੀ ਗੱਲ ਹੈਗੀ ਆ ਨਾ ਤਾਂ ਉਹ ਮੇਰਾ ਪਿਓ ਆ ਠੀਕ ਹੈ ਜੀ ਇੱਕ ਇੱਕ ਜ਼ਿੰਮੇਵਾਰ ਹੋਣ ਦਾ ਬੰਦਾ ਇਹ ਅਕਾਲੀ ਦਲ ਦਾ ਸੀਨੀਅਰ ਲੀਡਰ ਹੈ ਜੀ ਜ਼ਿੰਮੇਵਾਰ ਹੋਣ ਦੇ ਨਾਤੇ ਇਹਨਾਂ ਨੇ ਜਾਣੀ ਕਿ ਪੱਕੀ ਇਹਨਾਂ ਨੂੰ ਇਨਫੋਰਮੇਸ਼ਨ ਨਹੀਂ ਸੀ ਕੋਈ ਕੱਚੀਆਂ ਗੱਲਾਂ 'ਤੇ PTC ਚੈਨਲ 'ਤੇ ਜਾਣੀ ਕਿ ਹੋਈ ਹੈ ਜਿਹੜੀ ਪ੍ਰੈਸ ਕਾਨਫਰੰਸ ਅਤੇ ਕੱਲ੍ਹ ਨੂੰ ਇਹ 'ਤੇ ਮਾਣਹਾਨੀ ਦਾ ਪਰਚਾ ਦਰਜ ਕਰਾਵਾਂਗੇ ਉਧਰ ਸਿੱਖ ਆਗੂ ਵਜੋਂ ਅਰਥੀ ਫੂਕਣ ਆਏ ਗੁਰਲਾਲ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਬਲਟੋਹਾ ਵੱਲੋਂ ਅਮਨ ਪੰਜਗਰਾਈ ਦਾ ਨਾਮ ਗਲਤ ਆਦਮੀ ਨਾਲ ਜੋੜ ਕੇ ਇਸ ਦੀ ਬੇਇੱਜ਼ਤੀ ਕੀਤੀ ਹੈ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਵਿਰਸਾ ਸਿੰਘ ਬਲਟੋਹਾ ਦਾ ਪੁਤਲਾ ਫੂਕਿਆ ਗਿਆ ਉਹ ਜਿਹੜੀ PTC ਨਿਊਜ਼ 'ਤੇ ਉਹਨੇ ਕਿਹਾ ਸੀਗਾ ਨਾਲ ਸੁਖਦੇਵ ਸਿੰਘ ਖਾਲਸੇ ਦੀਆਂ ਫੋਟੋ ਵਿਖਾਵਾਂਗਾ ਜੀ ਪੰਜਗਰਾਈ ਵਾਲੇ ਦੀਆਂ ਮਤਲਬ ਕਿ ਉਹ ਗੰਦੀਆਂ ਫੋਟੋ ਸੀ ਕੁਛ ਉਹਨੇ ਕਿਹਾ ਸੀ ਇਹ ਉਹ ਅਮਨਦੀਪ ਖਾਲਸਾ ਜਿਹੜਾ ਭਾਈ ਰੁਪਿੰਦਰ ਅਤੇ ਜਸਵਿੰਦਰ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਅਤੇ ਇਹ ਉਹ ਹੈ ਇਹ ਭਾਈ ਸੁਖਦੇਵ ਸਿੰਘ ਦਾ ਸਪੁੱਤਰ ਆ ਮਤਲਬ ਕਿ ਇਹ ਪੂਰਾ ਪਰਿਵਾਰ ਹੀ ਚਰਿੱਤਰਹੀਣ ਆ ਜਿਹਦੇ ਨਾਲ ਇਹਦੇ 'ਤੇ ਬਹੁਤ ਕਹਿ ਸਕਦੇ ਹਾਂ ਦਾਗ ਧੱਬੇ ਲੱਗ ਗਏ ਆ ਇਹਨੂੰ ਚਰਿੱਤਰਹੀਣ ਬਣਾ ਕੇ ਪੇਸ਼ ਕੀਤਾ ਇਸ ਦੇ ਕਰਕੇ ਅਸੀਂ ਉਹਦਾ ਅੱਜ ਪੁਤਲਾ ਫੂਕਿਆ ਅਤੇ ਕੱਲ੍ਹ ਨੂੰ ਅਸੀਂ ਮਾਣਹਾਨੀ ਨਾਲ ਉਹਨਾਂ ਦੇ ਕੇਸ ਵੀ ਕਰਨਾ ਕਿਉਂਕਿ ਪਹਿਲਾਂ ਉਹਨਾਂ ਨੂੰ ਅਸੀਂ ਚੇਤਾਵਨੀ ਦਿੱਤੀ 5 ਦਿਨ ਦੇ ਵਿੱਚ ਮਾਫ਼ੀ ਮੰਗੇ ਜੋ ਕਿ ਉਹਨਾਂ ਨੇ ਨਹੀਂ ਮੰਗੀ ਦੇਖਿਆ ਜਾਵੇ ਤਾਂ ਹੁਣ ਵਿਰਸਾ ਸਿੰਘ ਬਲਟੋਹਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਜੇਕਰ ਪੀੜਤ ਨੌਜਵਾਨ ਦੀ ਮੰਨੀਏ ਤਾਂ ਕਿਸੇ ਦੀ ਬਿਨਾਂ ਇਜਾਜ਼ਤ ਤੋਂ ਉਸ ਦੀਆਂ ਅਸ਼ਲੀਲ ਤਸਵੀਰਾਂ ਪੇਸ਼ ਕਰਕੇ ਚਰਿੱਤਰਹੀਣ ਦੱਸਣਾ ਗਲਤ ਗੱਲ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਵਿਰਸਾ ਸਿੰਘ ਬਲਟੋਹਾ ਵੱਲੋਂ ਸਿੱਖ ਨੌਜਵਾਨ ਤੋਂ ਮੁਆਫ਼ੀ ਮੰਗਦੇ ਨੇ ਜਾਂ ਨਹੀਂ ਫਰੀਦਕੋਟ ਤੋਂ ਜਗਤਾਰ ਦੁਸਾਂਝ ਦੀ ਰਿਪੋਰਟ ਚੈਨਲ ਪੰਜਾਬ